ਕਿੱਥੇ ਚੱਲੇ ਆਪਾਂ? ਉਹ ਜੱਪਾ ਤੇਰੇ ਆਪਰੇਸ਼ਨ ਕਰਾਉਣ ਚੱਲੇ ਆ। ਅੱਜ ਤਾਂ ਨਹੀਂ ਹੋਣਾ। ਅੱਜ ਹੀ ਹੋਈ। ਨਹੀਂ। ਅੱਜ ਹੀ ਕਰਾ ਦਾਂਗੇ। ਨੋ। ਬਾਏ। ਹੈਲੋ ਖੁਸ਼ੂ। ਕੈਸੀ ਹੋ? ਵਧੀਆ। ਤੁਸੀਂ ਕਿਵੇਂ? ਨਰਵਸ? ਨਾ। ਨਹੀਂ ਲੱਗ ਰਿਹਾ ਡਰ? ਨਾ। ਮੈਨੂੰ ਨਹੀਂ ਲੱਗ ਰਿਹਾ। ਦਰਦ ਹੋਊਗਾ ਮੈਨੂੰ। आप ही तो क्या नहीं होता। मैं करा रही हूं खुश तो हेयर स्टाइल बिकॉज़ बारे सुने हेयर स्टाइल कर दिया। और जेडे लास्ट टाइम खुश तो डबल वाला कीता सी ना वो किन्ने नु बड़ा पसंद आया। वो तो मेरे दोबारा करिए अपन वीडियो बनावांगे ते। हां ट्यूटोरियल लगता है। हां ट्यूटोरियल दे सानू ठीक है। गिनू दी कढ़ाउनी आंख। छड्डा आंख। तो गाइस गिनू दी आंखा दा ऑपरेशन करावणा। ਸਮਾਈਲ ਨਾਮ ਉਹਦਾ ਹੈਗਾ। ਸਮਾਈਲ ਟੈਕਨੋਲੋਜੀ ਨਾਲ ਆਪਰੇਸ਼ਨ ਕਰਾਉਣਾ। ਇਹਦੇ ਵਿੱਚ ਕੋਈ ਪਰਹੇਜ਼ ਨਹੀਂ ਕਹਿੰਦੇ ਵੈਸੇ। ਹਾਂ ਇੱਕ ਦਿਨ ਵੀ ਨਹੀਂ ਪਰਹੇਜ਼ ਦਾ ਨਹੀਂ ਹੈਗਾ। ਕਿ ਤੁਸੀਂ ਇਹ ਨੈਕ ਨਹੀਂ ਬਾਹਰ ਭਾਗਿਓ ਸਿਰਫ 2-3 ਘੰਟੇ ਆਈ ਥਿੰਕ 2-3 ਮਿੰਟਾਂ 'ਚ ਆਪਰੇਸ਼ਨ ਹੋ ਜਾਂਦਾ। ਮੇਰੇ ਟੈਸਟ ਹੋਣਗੇ ਪਹਿਲਾਂ ਤੇ ਫਿਰ ਮਤਲਬ ਇਹਨਾਂ ਨੇ 1500 ਚਾਰਜ ਕੀਤਾ ਕੰਸਲਟੇਸ਼ਨ ਦੇ ਐਂਡ ਟੈਸਟ ਦੇ 3000। ਹਾਂ ਟੋਟਲ 4500 ਚਾਰਜ ਕੀਤਾ। ਤੇ ਸਭ ਤੋਂ ਪਹਿਲਾਂ ਆਪਾਂ ਟੈਸਟ ਕਰਾਉਣੇ ਆ ਕਿਉਂਕਿ ਉਹ ਕੋਰਨੀਆ ਦੀ ਥਿਕਨੈਸ ਚੈੱਕ ਕਰ ਲਣਗੇ ਵੀ ਟੈਸਟ ਹੋ ਸਕਦਾ ਜਾਂ ਨਹੀਂ। ਵਾਟੋ ਵਾਟੋ ਰੱਖਿਓ। ਇਹਨੂੰ ਡਰ ਅੱਜ ਥੋੜਾ ਇਹਨੂੰ ਐ ਸੀਗਾ ਵੀ ਬਲੱਡ ਟੈਸਟ ਕਰ ਲਣਗੇ ਮੇ ਵੀ ਕਰਦੇ ਵੀ ਹੋਣ। ਹਾਂ ਇਹਨਾਂ ਨੇ ਮੇਰੀ ਖਾਂ ਦੇਖਿਆ ਤੇ ਇਹਨਾਂ ਨੇ ਹਵਾ ਦਿੱਤੀ। ਓਕੇ ਇੱਕ ਇੱਕ ਮਸ਼ੀਨ 'ਚ ਉਹਨਾਂ ਨੇ ਦੋਨਾਂ ਅੱਖਾਂ 'ਚ ਪ੍ਰੈਸ਼ਰ ਜਿਹਾ ਪਾਇਆ ਸੀਗਾ ਹਾਂਜੀ ਨਾ ਤੇ ਦੂਜੀ ਮਸ਼ੀਨ ਦੇ ਵਿੱਚ ਇੱਕ ਹੱਟ ਜਿਹੀ ਬਣੀ ਸੀ ਦੂਰ ਉਹ ਐਡਜਸਟ ਜਿਹਾ ਕਰਦੇ ਸੀ ਜਦੋਂ ਮੈਨੂੰ ਕਲੀਅਰ ਜਿਹਾ ਦਿੰਦੇ ਸੀ ਮੇਰਾ ਆਈ ਸਾਈਟ ਚੈੱਕ ਕਰਦੇ ਸੀ। ਓਕੇ ਬੇਸਿਕਲੀ ਉਹ ਇਹਦੇ ਕੋਰਨੀਆ ਦਾ ਸਾਈਜ਼ ਚੈੱਕ ਕਰ ਰਹੇ ਸੀ ਕਿਉਂਕਿ ਮੈਂ ਮੰਮੀ ਬਾਰੇ ਵੀ ਉਹਨਾਂ ਤੋਂ ਪਤਾ ਕੀਤਾ ਸੀ ਵੀ 45 ਤੋਂ ਅਬਵ ਨੇ ਉਹ ਵੀ ਉਹਨਾਂ ਦਾ ਆਪਰੇਸ਼ਨ ਹੋ ਸਕਦਾ ਕਿ ਨਹੀਂ ਵੀ ਲੇਸਿਕ ਸਰਜਰੀ ਹੋ ਸਕਦੀ ਹੈ ਕਿ ਨਹੀਂ। ਉਹ ਕਹਿੰਦੇ ਵੀ ਉਹਨਾਂ ਦੇ ਨਾ ਕੋਰਨੀਆ ਦਾ ਸਾਈਜ਼ ਚੈੱਕ ਕਰਕੇ ਫਿਰ ਪਤਾ ਲੱਗੂਗਾ ਜੇ ਕੋਰਨੀਆ ਦੇ ਠਿੱਕ ਆ ਤਾਂ ਹੀ ਇਹ ਕਰਦੇ ਆਪਰੇਸ਼ਨ ਨਹੀਂ ਕਰਦੇ। ਸੋ ਇਹ ਨਿਊ ਟੈਕਨੋਲੋਜੀ ਆ ਸਮਾਈਲ। ਇਹ ਹੈਗਾ 1,20,000 ਦਾ। ਸੋ ਲੇਸਿਕ 'ਚ 20 mm ਦਾ ਕੱਟ ਮਾਰਦੇ ਅਤੇ ਸਮਾਈਲ 'ਚ 2 mm ਦਾ। ਅਤੇ ਇਹ 'ਚ ਕੋਈ ਪਰਹੇਜ਼ ਨਹੀਂ ਹੈਗਾ ਸਮਾਈਲ ਦੇ ਵਿੱਚ ਵੀ ਤੁਸੀਂ ਨੈਕਸਟ ਡੇ ਹੀ ਤੁਸੀਂ ਬਾਹਰ ਨਿਕਲ ਸਕਦੇ ਹੋ। ਪ੍ਰਾਈਜ਼ ਦਾ ਡਿਫਰੈਂਸ ਹੈਗਾ ਡਬਲ ਜਿਵੇਂ ਉਹ 60,000 ਦਾ ਹੁੰਦਾ ਇਹ ਹੁੰਦਾ 1,20,000 ਦਾ। ਅਤੇ 10,000 ਦੇ ਟੈਸਟ ਵਗੈਰਾ ਸਾਰਾ ਕੁਛ ਮਿਲਾ ਕੇ ਵਿੱਚ ਦਵਾਈਆਂ ਵਗੈਰਾ ਸਾਰਾ ਕੁਛ ਮਿਲਾ ਕੇ। ਹੁਣ ਕੀ ਕਹਿੰਦੇ ਸੀਗੇ ਹੁਣ ਕੱਲ੍ਹ ਟੈਸਟ ਹੋਇਆ ਉਹਨਾਂ ਨੇ ਫੋਟੋ ਖਿੱਚੀਆਂ ਇੱਧਰ ਇੱਕ ਰੈੱਡ ਲਾਈਟ ਡੋਟ ਜਾ ਉਹਦੇ ਵੱਲ ਦੇਖਣਾ ਸੀ ਪਹਿਲਾਂ ਇੱਧਰ ਦੀ ਫੋਟੋ ਖਿੱਚੀ ਅੱਖ ਦੀ ਫਿਰ ਇੱਧਰ ਦੀ। ਓਕੇ ਮੈਂ ਕਿਹਾ 262 ਰੂਮ 'ਚ ਬੁਲਾਉਣਗੇ ਕਹਿੰਦੇ ਕੀ ਕਰਨ ਮੈਂ ਕਿਹਾ ਮੋਮੋਸ ਖਾਣ ਤੈਨੂੰ ਸੁੱਤੇ ਪਏ ਆ ਮੇਰੇ ਨਾਲ ਆ ਕੇ ਫਸ ਹੀ ਗਏ ਕੰਸਲਟੈਂਸੀ ਰਹਿ ਗਈ ਬਸ ਕੰਸਲਟੈਂਸੀ ਰਹਿ ਗਈ ਇਸ ਤੋਂ ਬਾਅਦ ਪਤਾ ਨਹੀਂ ਕੀ ਹੋਣਾ। ਕੀ ਕਹਿੰਦਾ ਡਾਕਟਰ? ਕਹਿੰਦੇ ਹੋ ਜਾਊਗਾ ਕੱਲ ਨੂੰ ਕਰਾ ਲਓ। ਕੱਲ ਨੂੰ? ਹੁਣ ਆਪਾਂ ਕਿੱਥੇ ਜਾ ਰਹੇ ਹਾਂ? ਹੁਣ ਆਪਾਂ ਉੱਪਰ ਜਾ ਰਹੇ ਹਾਂ ਉਹਨਾਂ ਨੇ ਆ ਰੂਮ 'ਚ ਭੇਜਿਆ ਤੇ ਕਹਿੰਦੇ ਉੱਤੇ ਜਾ ਛਲਾਂਗ ਮਾਰ ਉੱਥੇ ਬਲੱਡ ਟੈਸਟ ਹੋਣਗੇ। ਉਹਨਾਂ ਨੇ ਅੱਖ 'ਚ ਡ੍ਰੌਪਸ ਜੇ ਪਾਇਆ ਕੀ ਹੁੰਦੇ ਉਸ ਨਾਲ ਜਲਨ ਹੁੰਦੀ। ਹਾਂ ਹੁਣ ਬਲੱਡ ਟੈਸਟ ਹੋਊਗਾ। ਬਲੱਡ ਟੈਸਟ ਨਹੀਂ ਹੁੰਦਾ ਉਹ ਇਹ ਮੈਨੂੰ ਡਰਾ ਰੱਖਿਆ ਸੀ। ਤੁਸੀਂ ਝੂਠ ਬੋਲ ਰਹੇ ਸੀ। ਨਹੀਂ ਨਹੀਂ ਮੈਂ ਸਾਰੇ ਜਣੇ ਤੋਂ ਪੁੱਛ ਲਿਆ ਅਸੀਂ ਤਾਂ ਹੋਪ ਕਰ ਰਹੇ ਸੀ ਉਹ ਦੱਬ ਤਾਂ ਦੋ ਬਾਈ ਬਟਨ ਦਾ ਉਹੀ ਕਰਾ ਦਿੰਦੇ ਆ ਉਹੀ ਕਰਾ ਦਿੰਦੇ ਆ ਦੱਬੇ ਆ ਬਾਹਰੋਂ ਲੈਬੋਰਟਰੀ ਚ ਕਰਾਣਾ। ਦੱਬੇ ਨਹੀਂ ਸੀ? ਨਹੀਂ ਦੱਬੇ ਨਹੀਂ ਹੋਏ ਹਜੇ ਨਹੀਂ ਦੱਬੇ ਆ ਹੁਣ ਦੱਬੇ ਆ ਖੜੇ ਆ ਤੀ ਮੈਂ ਕਹਿੰਦਾ ਹਿੰਟ ਤਾਂ ਨਹੀਂ ਹੁਣ ਇੰਨਾ ਦੂਰ ਹੋ ਗਿਆ ਥਰਡ ਫਲੋਰ ਸੈਕਿੰਡ ਤੋਂ ਹੁਣ ਕੀ ਕਰਾਉਣਾ ਕਿਨੂੰ ਜਦੋਂ ਹੁਣ ਦੱਸਣਗੇ ਉਹਨੇ ਫੇਰ ਮੁੜ ਕੇ ਜਾਣਾ। ਹੋ ਗਿਆ ਡਨ ਅੱਖਾਂ ਦਾ ਅੱਖਾਂ ਕਿਨੂੰ ਦੀ ਅੱਖਾਂ ਵੱਡੀ ਹੋ ਗਈ ਲੱਗ ਰਿਹਾ ਇੱਧਰ ਦੇਖੋ ਲੈਂਸ 'ਚ ਰੈਟੀਨਾ ਹੁਣ ਬਲਰੀ ਦਿਖਣ ਲੱਗ ਗਿਆ ਉਹਨਾਂ ਨੇ ਕੁਝ ਪਾਇਆ ਅੱਖਾਂ 'ਚ ਉਹ ਪਾਇਆ ਇੱਕ ਰੈਟੀਨਾ ਚੈੱਕਅਪ ਲਈ ਨਾ। ਸੋ ਗਾਇਸ ਹੁਣ ਸਾਨੂੰ ਇਹ ਟੋਟਲ ਕਾਸਟ ਕੀਤਾ 4500 ਤੇ 1,20,000 ਹੋਣੇ ਇਹ
ਹਨਾ ਤੇ ਹੋਰ ਵੀ ਕੁਝ ਹੋਊਗਾ ਮਤਲਬ ਟੋਟਲ 30 ਚ ਕਹਿੰਦਾ ਹੈ ਦਵਾਈਆਂ ਵੀ ਹੋਣਗੀਆਂ ਕਿ ਵਿੱਚ ਨਹੀਂ ਨਹੀਂ ਅਲੱਗ ਹੋਣੀ ਹੈ ਇੱਕ ਤੂੰ 30 ਤੂੰ ਚ ਪਊਗਾ ਪੇਮੈਂਟ ਹੋ ਗਈ ਡਨ ਕੱਲ ਨੂੰ ਹੋਊਗਾ ਆਪਰੇਸ਼ਨ ਸਵੇਰੇ 7:30 ਵਜੇ 7:30 ਵਜੇ ਹਾਂ ਪੁੱਛ ਲੈ ਅੱਜ ਵੀ ਕੱਪ ਮਾਰ ਸਾਨੂੰ 5-6 ਘੰਟੇ ਹੋ ਗਏ ਇੱਥੇ ਘੁੰਮਦੇ ਸੀਰੀਅਸਲੀ 5-6 ਘੰਟੇ ਹੋ ਗਏ ਹਨਾ ਆਪਾਂ ਤੁਰੇ ਵੀ ਤਾਂ ਹਾਂ ਇਹਦੇ ਪਿੱਛੇ ਘੁੰਮਦੇ ਫਿਰੀ ਨੇ ਕਦੇ ਕਿਸੇ ਰੂਮ 'ਚ ਵੜ ਦਿੰਦੇ ਨੇ ਕਦੇ ਕਿਸੇ ਰੂਮ 'ਚ ਵੜ ਦਿੰਦੇ ਆ ਹੁਣ ਅਸੀਂ ਦਵਾਈ ਲੈਣੀ ਆ ਮਸਾ ਬਣਦਾ ਬੜਾ ਵਧੀਆ ਜੂਸ ਹੁੰਦਾ ਇਹਨਾਂ ਦੇ ਸੈਂਡਵਿਚ ਬੜੇ ਵਧੀਆ ਹੁੰਦੇ ਆ ਕਿਵੇਂ ਲੱਗਿਆ ਮੈਨੂੰ ਸ਼ੇਕ ਨੀਚੇ ਚੈੱਕ ਕਰ ਕਈ ਵਾਰ ਨੀਚੇ ਲੰਘ ਜਾਂਦੇ ਆ ਅੱਛਾ ਇੱਕ ਕੱਲਾ ਕੌਣ ਸਰਜਰੀ ਸਿਰਫ 5 ਮਿੰਟਾਂ ਦੀ ਆ ਟਾਈਟ ਆਈ ਹੀ ਆਏ ਐਂਡ ਉਹਨਾਂ ਨੇ ਮੈਨੂੰ ਦਵਾਈਆਂ ਦੇ ਦਿੱਤੀਆਂ ਨੇ ਪਹਿਲਾਂ ਲੈਣ ਵਾਲੀਆਂ ਅਤੇ ਬਾਅਦ 'ਚ ਲੈਣ ਵਾਲੀਆਂ ਸੋ ਪਹਿਲਾਂ ਡਰੋਪਸ ਪਾਉਣੇ ਆ ਮਤਲਬ ਅੱਧੇ ਅੱਧੇ ਘੰਟੇ ਬਾਅਦ 3 ਵਾਰੀ ਡਰੋਪਸ ਪਾਉਣੇ ਆ 2 ਵਾਰੀ ਮੈਂ ਪਾ ਲਏ 1 ਵਾਰੀ ਰਹਿ ਗਿਆ ਅਤੇ ਹੁਣ ਰੋਟੀ ਖਾ ਕੇ 8 ਵਜੇ ਤੱਕ ਮੈਂ ਦਵਾਈ ਵੀ ਲੈ ਲੈਣੀ ਅਤੇ ਸਵੇਰੇ 4 ਵਜੇ ਇੱਕ ਹੋਰ ਗੋਲੀ ਲੈਣੀ 3 ਵਜੇ ਉੱਠਣਾ ਭਾਣੇ 4 ਵਜੇ ਤੈਨੇ ਰੋਟੀ ਖਾਣੀ ਆ ਹਲਕੀ ਜੀ ਕੁਛ ਵੀ ਹਲਕਾ ਹਾਂ ਬਿਸਕਿਟ ਕਿਹਾ ਬ੍ਰੈਡ ਕਿਹਾ ਰੋਟੀ ਨਹੀਂ ਕਿਹਾ ਮੰਮਾ ਵਿਚਾਰੀ ਕਰੋ ਕੜਤੀ ਡਾਇਨਾਸੌਰ ਕਹਿੰਦਾ ਇੱਕ ਬੱਚੇ ਨੂੰ ਖਾਣਾ ਕਿਹਨੂੰ ਖਵਾਈਏ ਸੱਜੀ ਨੂੰ ਖਵਾ ਦੀ ਸੱਜੀ ਨੂੰ ਕਿਉਂ ਸਵਰੀਨ ਨੂੰ ਰਹਿਣਾ ਪਵੇ ਅਸੀਂ ਦੇਖਾਂਗੇ ਵੀ ਰਹੀਏ ਕਿ ਨਾ ਰਹੀਏ ਕਿਉਂਕਿ ਥੱਕ ਜਾਂਦੇ ਹਾਂ ਲਗਾਤਾਰ 3 ਦਿਨ ਜਾ ਰਹੇ ਤੇ 4-4 ਘੰਟੇ ਦੀ ਨੀਂਦ ਲੈ ਰਹੇ ਹਾਂ ਕੱਲ ਵੀ 4 ਘੰਟੇ ਸੁੱਤੇ ਸੀਗੇ ਕਿਉਂਕਿ ਕੱਲ੍ਹ ਲੇਟ ਸੁੱਤੇ ਸੀ ਬਹੁਤ ਜ਼ਿਆਦਾ ਗੱਲਾਂ ਬਾਤਾਂ ਮਾਰਨ ਲੱਗੇ ਸੀ ਫੈਮਿਲੀ ਨਾਲ ਅਤੇ ਰਾਤ ਤਾਂ ਅਸੀਂ ਆਈ ਥਿੰਕ 10-11 ਵਜੇ ਸੁੱਤੇ ਹਾਂ ਅਤੇ 3 ਵਜੇ ਫਿਰ ਉੱਠ ਖੜ੍ਹੇ ਅਤੇ 4 ਘੰਟੇ ਸੁੱਤੇ ਸੀ ਸੋ ਪੈਕਿੰਗ ਹੋ ਗਈ ਹੈ ਜੀ ਡਨ
ਠੀਕ ਆ ਤੇ ਅਸੀਂ ਹੁਣ ਤੁਹਾਨੂੰ ਜਾ ਕੇ ਮਿਲਦੇ ਹਾਂ ਉੱਥੇ ਤੇ ਉੱਥੇ ਆ ਕੇ ਡਿਸਾਈਡ ਕਰਾਂਗੇ ਕੀ ਲੈਣਾ ਤੇ ਨਹੀਂ ਲੈਣਾ ਸਮਾਨ ਹੋ ਗਿਆ ਜੀ ਪੈਕ ਮੇਰੀ ਰਿਵਾਈਵ ਵਾਲਿਆਂ ਦੀ ਵੀ ਅਪਾਇੰਟਮੈਂਟ ਹੈਗੀ ਆ ਵਾਲਾਂ ਦੀ ਕਿਉਂਕਿ ਉਹਨਾਂ ਨੇ ਆਈ ਥਿੰਕ ਮੇ ਬੀ ਸਾਫ ਜਿਹਾ ਕਰਨਾ ਕਲੀਨ ਕਰਨਾ ਸਕੱਪ ਤੇ ਉਹ ਕੱਲੂ ਆ ਉਹਨਾਂ ਨੇ ਕਿਹਾ ਸੀ ਕਰੀਮ ਨਹੀਂ ਲਾਉਣੀ ਯਾ ਮੇ ਡਰਾਈਨੈਸ ਹੋਈ ਡਰਾਈਨੈਸ ਤਾਂ ਹੋਈ ਹੋਈ ਆ ਬਟ ਡਾਕਟਰ ਨੇ ਕਿਹਾ ਸੀ ਨਾ ਉਹਦਾ ਪਤਾ ਹੈ ਸਿੰਕਿੰਗ ਹੋ ਜਾਣਾ ਸੋ ਗਾਇਸ ਪਹਿਲੀ ਵਾਰ ਹੋਊਗਾ ਸਾਰੇ ਸੁੱਤੇ ਪਏ ਨੇ ਤੇ ਆਪਾਂ ਤੇ ਚੱਲੇ ਪਹਿਲਾ ਬੰਦਾ ਮੰਮੀ ਉੱਠੀ ਬਾਏ ਮੰਮੀ ਇਹਨੇ ਕਿੰਨਾ ਵਧੀਆ ਵਧੀਆ ਜਿਹਾ ਮੌਸਮ ਆ ਨਾ ਸਵੇਰੇ ਸਾਜਰੇ ਜੇ ਹੈਨਾ ਜਦੋਂ ਮੈਂ ਗੱਡੀ ਚਲਾਉਣਾ ਨਾ ਸੁੱਤੀ ਪਈ ਰਹਿੰਦੀ ਆ ਚਲ ਦਵਾਈ ਪਾਲਾ ਹੁਣ ਅੱਖਾਂ 'ਚ ਇਹ ਸਾਰੇ ਰਾਹ ਸੁੱਤੀ ਆਈ ਹੈ ਚੰਡੀਗੜ੍ਹ ਤੱਕ ਫਿਰ ਕਹਿੰਦੀ ਹੈ ਇੰਦਰ ਆਪਾਂ ਟਰੈਵਲ ਹੀ ਕਰ ਲਾਂਗੇ ਚੰਡੀਗੜ੍ਹ ਤਾਂ ਮਿੰਟ 'ਚ ਆ ਜਾਂਦਾ ਮਿੰਟ 'ਚ ਤਾਂ ਤੈਨੂੰ ਆਪ ਆਊਗਾ ਚੰਡੀਗੜ੍ਹ ਸੌ ਕੇ ਕੱਢ ਦਿੰਦੀ ਹੈ ਤੈਨੂੰ ਤਾਂ ਆਸਟ੍ਰੇਲੀਆ ਤੋਂ ਇੰਡੀਆ ਵੀ ਮਿੰਟ 'ਚ ਆ ਜਾਂਦਾ ਸੋ ਗਾਇਸ ਅਸੀਂ ਫਾਈਨਲੀ ਪਹੁੰਚ ਗਏ ਜੀ ਅਸੀਂ ਨੀਅਰਲੀ 40 ਮਿੰਟ ਪਹਿਲਾਂ ਪਹੁੰਚ ਗਏ ਹਜੇ ਲੱਗਿਆ ਸੋ ਗਾਇਸ ਹੁਣ ਅਸੀਂ ਵੇਟ ਕਰਦੇ ਹਾਂ ਪਹਿਲੇ ਪਹੁੰਚ ਕੇ ਨਾ ਕੁਛ ਖੁੱਲ੍ਹਾ ਮੈਨੂੰ ਭੁੱਖ ਲੱਗੀ ਆ ਔਰ ਕੁਛ ਵੀ ਨਹੀਂ ਖੁੱਲ੍ਹਾ ਸਾਰਾ ਕੁਝ ਬੰਦ ਪਿਆ ਹੋਇਆ ਸਾਰੀ ਮਾਰਕੀਟ ਬੰਦ ਪਈ ਆ ਤੁਹਾਨੂੰ ਡਰ ਲੱਗ ਰਿਹਾ ਲੱਗਦਾ ਹੀ ਆ ਦੱਸਦਾ ਦਾ 5 ਮਿੰਟ ਚ ਹੋ ਜਾਣਾ ਉਹ ਤਾਂ ਤੈਨੂੰ ਪਤਾ ਵੀ ਲੱਗਣਾ ਸਾਡੇ ਬਰੀ ਨੂੰ ਤਾਂ ਨੀਂਦ ਬੜੀ ਆਉਂਦੀ ਗਿੰਨੂ ਡਾਕਟਰ ਕੀ ਰੈਸਟ ਕਰਨੀ ਹੈ ਇੱਥੇ ਤਾਂ ਬਾਅਦ ਚ ਰੈਸਟ ਕਰਨੀ ਹੈ ਆਊਟ ਆਫ ਦਾ ਡੇ ਟੋਪੀ ਲੈਣੀ ਸੋਹਣੇ ਦਾ ਕੀ ਚੱਕਰ ਆ ਆਪਰੇਸ਼ਨ ਹੋਣਾ ਫਿਰ ਉਹ ਡਾਕਟਰ ਨੂੰ ਕਹਿਣਾ ਇਹਦਾ ਛੇਤੀ ਆਪਰੇਸ਼ਨ ਕਰੋ ਮਰੀਜ਼ ਨੇ ਆਉਣ ਸਰ ਮੈਨਿਊ ਚੱਕ ਲਈ ਭੁੱਖ ਲੱਗੀ ਆ ਮਰੀਜ਼ ਨੂੰ ਬਟ ਇਹਨੇ ਖਾਣਾ ਨਹੀਂ ਹੈਗਾ ਆਪਰੇਸ਼ਨ ਤੱਕ ਕੁਛ ਨਹੀਂ ਖਾਣਾ ਨਾ ਬਾਅਦ 'ਚ ਆਪਰੇਸ਼ਨ ਤੋਂ ਬਾਅਦ 'ਚ ਮੈਂ ਉਰੇ ਤੇਰੀ ਵੇਟ ਕਰੂੰਗਾ ਠੀਕ ਹੈ ਠੀਕ ਹੈ ਫਿਰ ਦੋ ਦੋ ਘੰਟੇ ਮੈਂ ਤੇਰੀ ਵੇਟ ਕਰਕੇ ਕੀ ਕਰਨਾ ਤੂੰ ਦੋ ਘੰਟੇ ਸੋਣਾ ਹੀ ਨਹੀਂ ਸਿੰਗਲ ਬੈਡ ਹੈ ਇਹ ਤਾਂ ਛੋਟੂ ਹੀ ਹੋ ਤਾਂ ਨਹੀਂ ਉਹ ਤਾਂ ਮਰੀਜ਼ ਦਾ ਬੈਡ ਆ ਫਿਊ ਮੂਮੈਂਟਸ ਲੇਟਰ ਆਖੇ ਬੰਦ ਤੋਂ ਸਾਡੇ ਮਰੀਜ਼ ਤੋਂ ਜਿੰਨੀ ਮਰਜ਼ੀ ਕਰਾ ਲਓ ਸਰਜਰੀ ਹੋਣੀ ਹੋਣੀ ਨਹੀਂ ਨਹੀਂ ਪਹਿਲੇ ਸਰ ਕੈਟਰੈਕਟ ਕਰੇਗਾ ਉਸਕੇ ਬਾਅਦ ਫਿਰ ਸਮਾਈਲਿੰਗ ਬੈਸਟ ਆਫ ਲੱਕ ਬਾਏ ਪਤਾ ਵੀ ਲੱਗਿਆ ਬਿਲਕੁਲ ਵੀ ਨਹੀਂ ਪੇਨ ਤਾਂ ਨਹੀਂ ਹੋ ਰਹੀ ਹੁਣ ਤੂੰ ਰੈਸਟ ਕਰ ਲਾ ਦੋ ਘੰਟੇ ਰੈਸਟ ਰੱਖਿਆ ਓਕੇ ਕੀ ਰੇ ਇੱਦਾਂ ਹੋ ਗਿਆ ਆਪਰੇਸ਼ਨ ਮਸਾਂ ਗੱਡੀ 'ਚ ਬਿਠਾਈ ਆ ਹੁਣ ਠੀਕ ਆ ਓਏ ਅੱਖਾਂ ਨਹੀਂ ਖੁੱਲ ਰਹੀਆਂ ਹਜੇ ਅੱਖਾਂ ਨਹੀਂ ਖੁੱਲ ਰਹੀਆਂ 4 ਘੰਟੇ ਬਾਅਦ ਨਾਰਮਲ ਹੁੰਦਾ ਹਾਂ ਚਲ ਮੈਂ ਤੇਰੇ ਲਈ ਜੂਸ ਲੈ ਕੇ ਆਉਣਾ ਉਹ ਸ਼ੇਡਸ ਉਧਰਲੇ ਪਾਸੇ ਕਰ ਲਾ ਐਨਕਾਂ ਲਾ ਲਾ ਜੇ ਲਾਉਣੀਆਂ ਨੇ ਵੈਸੇ ਤਾਂ ਉਹ ਕਹਿੰਦੇ ਲੋੜ ਨਹੀਂ ਹੈਗੀ ਜੇ ਲਾਉਣੀਆਂ ਲਾ ਲਾ ਠੀਕ ਆ ਆਹ ਸ਼ੇਡ ਉਧਰਲੀ ਸਾਈਡ ਕਰ ਲਾ ਬੱਤੂ ਅੱਖਾਂ ਬੰਦ ਕਰਕੇ ਜੂਸ ਪੀਂਦੀ ਆ ਤੂੰ ਹੋਰ ਨਾ ਨੱਕ ਨੁੱਕ ਚੜਦੀ ਜੂਸ ਅੱਖਾਂ ਬੰਦ ਕਰਕੇ ਕਰਨਾ ਪੈਣਾ ਕਿਰਤ ਦੀਆਂ ਥੋੜੀਆਂ ਅੱਖਾਂ ਨਹੀਂ ਖੁੱਲ ਰਹੀਆਂ ਤੇ ਥੋੜੀ ਰੈਸਟਲੈਸ ਜੀ ਫੀਲ ਕਰ ਰਹੀ ਹੈ ਇੰਨੀ ਰੈਸਟ ਲੈਣ ਤੋਂ ਬਾਵਜੂਦ ਵੀ ਸੋ ਜੇ ਇਹ ਸੁੱਤੀ ਗਈ ਰਸਤੇ 'ਚ ਸਾਰੇ ਰਸਤੇ ਐਵੇਂ ਤੇ ਮੈਂ ਵੀ ਸੌ ਜਾਣਾ ਗੱਡੀ ਚਲਾਉਂਦੇ ਚਲਾਉਂਦੇ ਸੋ ਇਟਸ ਬੈਟਰ ਕਿ ਅਸੀਂ ਉਰੇ ਰਹਿ ਜਾਈਏ ਸੋ ਅਸੀਂ ਉਰੇ ਰੂਮ ਬੁੱਕ ਕਰਤਾ JW ਮੈਰੀਓਟ 'ਚ ਤੇ ਉੱਥੇ ਸਟੇ ਕਰ ਰਹੇ ਹਾਂ ਅਸੀਂ ਅੱਜ ਦੀ ਰਾਤ ਤੇ ਕੱਲੂ ਜਾਵਾਂਗੇ ਕੱਲੂ ਇਹ ਪਹਿਲਾਂ ਡਾਕਟਰ ਦੀ ਅਪੁਆਇੰਟਮੈਂਟ ਕਿਰਤ ਦੀ ਕਰਕੇ ਉਸ ਤੋਂ ਬਾਅਦ ਮੇਰੇ ਡਾਕਟਰ ਕੋਲ ਵੀ ਜਾ ਕੇ ਆਉਣਾ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਘਰੇ ਉੱਠ ਖੜ ਬਈ ਬਾਣਾ ਮੋਟਾ ਤਾਂ ਉੱਠ ਖੜੇ ਯਾਰ ਮੈਂ ਤਾਂ ਉੱਠਿਆ ਨਹੀਂ ਮੈਂ ਜਾਗ ਰਹੀ ਹਾਂ ਅੱਖਾਂ ਨਹੀਂ ਖੋਲ ਸਕਦੀ ਕਿਉਂਕਿ ਮੈਨੂੰ ਨਾ ਉਹਦੇ ਪਾਣੀ ਆ ਜਾਂਦਾ ਅੱਖਾਂ 'ਚ ਮੈਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਵੈਸੇ ਤਾਂ 3 ਵਜੇ ਚੈੱਕ ਇਨ ਹੁੰਦਾ ਹੁੰਦਾ ਮੈਂ ਕਿਹਾ ਮੇਰੀ ਵਾਈਫ ਦਾ ਆਪਰੇਸ਼ਨ ਹੋਇਆ ਹੋਇਆ ਪਲੀਜ਼ ਮੈਨੂੰ ਅਰਲੀ ਚੈੱਕ ਇਨ ਕਰ ਦਿਓ
ਤੇ ਉਹ ਕਹਿੰਦੇ ਵੀ ਅਸੀਂ ਟਰਾਈ ਕਰਦੇ ਹਾਂ ਵੀ ਜੇ 12 ਕੁ ਵਜੇ ਕਰ ਸਕੀਏ, 2 ਘੰਟੇ ਪਏ ਹਜੇ, ਬਟ ਉਹ ਕਹਿੰਦੇ ਵੀ ਤੁਸੀਂ ਉਰੇ ਆ ਕੇ ਕਾਫੀ ਵਗੈਰਾ ਲੈ ਸਕਦੇ ਹੋ, ਬ੍ਰੇਕਫਾਸਟ ਵਗੈਰਾ ਕਰ ਸਕਦੇ ਹੋ ਉੱਥੇ, ਅੰਦਰ ਹੀ ਰੈਸਟੋਰੈਂਟ ਹੈਗਾ, ਫਿਰ ਆਪਾਂ ਉੱਥੇ ਆ ਕੇ ਮੇਰੇ ਅੱਖਾਂ ਹੀ ਨਹੀਂ ਖੁੱਲ ਰਹੀਆਂ, ਆਪਾਂ ਉੱਥੇ ਆ ਕੇ ਖਾ ਪੀ ਲੈਣੇ ਹਨਾ ਥੋੜਾ ਬਹੁਤ, ਚੱਲੀਏ, ਮੇਰੇ ਅੱਖਾਂ ਨਹੀਂ ਖੁੱਲ ਰਹੀਆਂ, ਚੱਲੋ ਕੋਈ ਨਾ।